ਵਾਂਸ ਅਗੇਨ ਵੈਲਕਮ ਬੈਕ ਟੂ ਦਾ ਪ੍ਰੋਗਰਾਮ ਅੱਜ ਦੇ ਇਸ ਪ੍ਰੋਗਰਾਮ ਵਿੱਚ ਤੁਹਾਡੇ ਨਾਲ ਇੱਕ ਬੜੇ ਹੀ ਇੰਪੋਰਟੈਂਟ ਇਸ਼ੂ ਤੇ ਗੱਲਬਾਤ ਕਰਨ ਜਾ ਰਹੇ ਹਾਂ ਦੁਨੀਆ ਭਰ ਵਿੱਚ ਅੱਜ ਇੱਕ ਲਫ਼ਜ਼ ਬਹੁਤ ਪ੍ਰਚਲਿਤ ਹੋ ਰਿਹਾ ਹੈ ਉਹ ਹੈ ਮੈਡੀਟੇਸ਼ਨ ਇਸ ਲਫ਼ਜ਼ ਦੇ ਜਦੋਂ ਅਸੀਂ ਸੁਣਦੇ ਹਾਂ ਤਾਂ ਮਨ ਵਿੱਚ ਇੱਕੋ ਹੀ ਗੱਲ ਬੈਠ ਜਾਂਦੀ ਹੈ ਕਿ ਅੱਖਾਂ ਮੀਟ ਕੇ ਬੈਠ ਕੇ ਕੀ ਕਰਨਾ ਹੈ ਕਿਸ ਤਰੀਕੇ ਨਾਲ ਕਰਨਾ ਹੈ ਕੌਣ ਕਰਨਾ ਹੈ ਕਿਸ ਨੂੰ ਮਨ ਵਿੱਚ ਧਾਰਨਾ ਹੈ ਕਿਸ ਦੀ ਤਸਵੀਰ ਕਰਨੀ ਹੈ ਬਹੁਤ ਸਾਰੇ ਐਸੀ ਚੀਜ਼ਾਂ ਸਾਨੂੰ ਸੁਣਨ ਨੂੰ ਮਿਲਦੀਆਂ ਨੇ ਲੇਕਿਨ ਅਲਟੀਮੇਟਲੀ ਆਰਟ ਆਫ ਮੈਡੀਟੇਸ਼ਨ ਹੈ ਕੀ ਇਹ ਗੁਰਮਤਿ ਕੀ ਇਸ ਬਾਰੇ ਕਹਿੰਦੀ ਹੈ ਔ ਇਸੇ ਸੰਬੰਧ ਵਿੱਚ ਅੱਜ ਗੱਲਬਾਤ ਕਰਦੇ ਆਏ ਹੋਏ ਸਾਡੇ ਮਹਿਮਾਨ ਡਾਕਟਰ ਹਰਬੰਦ ਸਿੰਘ ਕੰਡੋਲਾ ਨਾਲ ਸਵਾਗਤ ਕਰਦੇ ਆਏ ਡਾਕਟਰ ਹਰਬੰਦ ਸਿੰਘ ਕੰਡੋਲਾ ਦਾ ਜੀ ਹਨ ਡਾਕਟਰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਈ ਜੀ ਆਉਤ ਨਹੀਂ ਦੱਸਿਆ ਪਰ ਇਹ ਜੀਵਨ ਦੀ ਪੱਕੀ ਸਚਾਈ ਹੈ ਕਿ ਦੁਨੀਆ ਦਾ ਕੋਈ ਵੀ ਇਨਸਾਨ ਜਿਹੜਾ ਹੈ ਉਹ ਸਟ्रेस ਡਿਪਰੈਸ਼ਨ ਚਿੰਤਾ ਬਿਚੈਨੀ ਪੇਨ ਸਫਰਿੰਗ ਦੁੱਖ ਕਲੇਸ਼ ਨਹੀਂ ਚਾਹੁੰਦਾ ਠੀਕ ਕੋਈ ਨਹੀਂ ਚਾਹੁੰਦਾ ਰਾਈਟ ਹਰ ਕੋਈ ਪੀਸ ਇਨਰ ਪੀਸ ਹੈਪੀਨੈਸ ਖੁਸ਼ੀਆਂ ਖੇੜਾ ਬਲੇ ਸਪਰਿਆ ਜੀਵਨ ਜੀਉਣਾ ਚਾਹੁੰਦਾ ਠੀਕ ਹੁਣ ਐਸੇ ਐਸੇ ਇਸ ਨੂੰ ਅਚੀਵ ਕਰਨ ਲਈ ਐਸੇ ਸੁੱਖ ਦੀ ਭਾਲ ਦੇ ਵਿੱਚ ਜਿਵੇਂ ਆਪਨੇ ਦੱਸਿਆ ਕਿ ਮਨੁੱਖ ਥਾਂ ਥਾਂ ਤੇ ਭਟਕਦਾ ਫਿਰਦਾ ਹੈ ਹੁਣ ਐਸਾ ਚਾਹੁੰਦਾ ਹਰ ਕੋਈ ਹੈ ਪਰ ਇਹ ਪੀਸ ਤੇ ਹੈਪੀਨੈਸ ਮਿਲੇ ਕਿਵੇਂ ਹੈ ਨਾ ਉਹ ਐਸਾ ਬੜਾ ਅਹਿਮ ਸਵਾਲ ਹੈ ਇਹ ਕਿ ਸੁਖ ਆਨੰਦ ਪੀਸ ਹੈਪੀਨੈਸ ਕਿੱਥੋਂ ਮਿਲੇ ਹੁਣ ਜਿਵੇਂ ਆਪਨੇ ਦੱਸਿਆ ਬਈ ਕਰੋੜਾਂ ਹੀ ਲੋਕ ਨੇ ਅੱਜ ਜਿਹੜੇ ਮੈਡੀਟੇਸ਼ਨ ਦਾ ਸਹਾਰਾ ਲੈ ਰਹੇ ਹੈ ਨਾ ਇਸ ਖੁਸ਼ੀ ਪੀਸ ਹੈਪੀਨੈਸ ਲਈ ਮੈਡੀਟੇਸ਼ਨ ਦਾ ਸਹਾਰਾ ਲੈ ਰਹੇ ਨੇ ਜੀ ਉਹ ਇਹ ਆ ਵੀ ਮੈਡੀਟੇਸ਼ਨ ਜਿਵੇਂ ਆਪਣੇ ਦੱਸਿਆ ਬਈ ਉਹ ਬੜੇ ਤਰ੍ਹਾਂ ਦੇ ਤਰ੍ਹਾਂ ਦੇ ਤਰੀਕੇ ਹੈਗੇ ਨੇ ਇੱਕ ਹੈਗੀ ਆ ਬੁੱਧ ਧਰਮ ਦਾ ਹੈਗਾ ਨਾ ਇੱਕ ਹੈਗਾ ਇਸ ਕਾਲਡ ਮਾਈਂਡਫੁਲਨੈਸ ਜੀ ਹੈ ਨਾ ਲੱਖਾਂ ਲੋਕ ਜਿਹੜੇ ਨਾਰਥ ਅਮਰੀਕਾ ਦੇ ਵਿੱਚ ਇਹ ਕਰਦੇ ਬੜੀ ਰਿਸਰਚ ਚੱਲ ਰਹੀ ਆ ਮਿਲੀਅਨ ਡਾਲਰ ਵੀ ਇਹਦੇ ਵਿੱਚ ਉਹ ਦੇਖੀਏ ਇਸ ਖੁਸ਼ੀ ਕਿਵੇਂ ਮਿਲਦਾ ਹੈ ਜੀ ਹੁਣ ਮੈਡੀਟੇਸ਼ਨ کئی ਰਾਜ ਯੋਗਾ ਕਰਦੇ ਹੈਗੇ ਨੇ ਕਿਸੇ ਵਸਤੂ ਤੇ ਜਿਵੇਂ ਆਪਨੇ ਦੱਸਿਆ ਵੀ ਉਹਦੇ ਤੇ ਟਿਕਾਉਣਾ ਹੈਗਾ ਬਰੀਥਿੰਗ ਐਕਸਰਸਾਈਜ਼ਸ ਕਰਦੇ ਨੇ ਆਪਾਂ ਇਹ ਨਹੀਂ ਕਿ ਚੰਗਾ ਜਾਂ ਮਾੜਾ ਆਪਾਂ ਸਿਰਫ ਇੱਕ ਇਹਦੀ ਪੈਸਿੰਗ ਰੈਫਰੈਂਸ ਦੇਣੀ ਆ ਕਿ ਇਹ ਮੈਡੀਟੇਸ਼ਨ ਕੀ ਹੈ ਕਿ ਗੁਰਮਤਿ ਜਿਤ ਕੀ ਹੈਗਾ ਹੁਣ ਇਹ ਸਾਰਿਆਂ ਦਾ ਸਿਧਾਂਤ ਇੱਕੋ ਹੀ ਹੈ ਪਰ ਜੀ ਉਹਨਾਂ ਦਾ ਵਿਚਾਰਾਂ ਨੂੰ ਬੰਦ ਕਰੋ ਸੁੱਖ ਲਈ ਸ਼ਾਂਤੀ ਲਈ ਪੀਸ ਲਈ ਨਾ ਆਪਣੇ ਜਿਹੜੇ ਵਿੱਚ ਵਿਚਾਰਾਂ ਨੂੰ ਬਾਹਰ ਜਾਣ ਤੋਂ ਨਾ ਰੋਕੋ ਇਹ ਹੈਗਾ ਸਲੋ ਥਾਟ ਪ੍ਰੋਸੈਸ ਹੈ ਨਾ ਮਨ ਜਿਹੜਾ ਬੜਾ ਦੌੜਦਾ ਇਸ ਥਾਟਸ ਨੂੰ ਸਲੋ ਕਰੋ ਹੈਨਾ ਅੰਦਰ ਮੁਖੀ ਕਰੋ ਹੈਨਾ ਮਨ ਚੁੱਪ ਕਰ ਜਾਏ ਸ਼ਾਂਤ ਹੋ ਜਾਵੇ ਇਹਦੇ ਨਾਲ ਬਾਡੀ ਜਿਹੜੀ ਹੈ ਰਿਲੈਕਸ ਹੋ ਜਾਂਦੀ ਹੈ ਇਸ ਤਰ੍ਹਾਂ ਦੀ ਇੱਕ ਫੋਕਸ ਕਰਕੇ ਐਕਸਰਸਾਈਜ਼ ਇਹ ਮੈਡੀਟੇਸ਼ਨ ਕੀਤਾ ਜਾਂਦਾ ਹੁਣ ਐਸਾ ਕਰਨ ਨਾਲ ਸ਼ੁਟਕਾ ਜਿਹੜਾ ਹੈਗਾ ਸਟ੍ਰੈਸ ਚਿੰਤਾ ਡਿਪਰੈਸ਼ਨ ਵਰੀਜ਼ ਬਲੋਂ ਸ਼ੁਟਕਾਰਾ ਕਿੰਨਾ ਮਿਲਦਾ ਨਹੀਂ ਮਿਲਦਾ ਆਈ ਡੋਟ ਨੋ ਜਿਹੜੇ ਕਰਦੇ ਨੇ ਉਹਨਾਂ ਨੂੰ ਪਤਾ ਹੈ ਰਾਈਟ ਅਸੀਂ ਇਹਦੇ ਬਾਰੇ ਕੋਈ ਬਹੁਤਾ ਕਮੈਂਟ ਨਹੀਂ ਕਰਨਾ ਹੈ ਜੀ ਇਟ ਹਾਂ ਠੀਕ ਹੈ ਟੈਂਪੋਰਰੀ ਲੀਫ ਜ਼ਰੂਰ ਮਿਲ ਜਾਂਦੀ ਹੈਗੀ ਇਹਦੇ ਨਾਲ ਜਦੋਂ ਤੁਸੀਂ ਘੰਟਾ ਤੜ ਕੇ ਬੈਠਦੇ ਹੈਗੇ ਆ ਚੌਕੀ ਲਾ ਕੇ ਜਗੇ ਮੇਰੇ ਲੀਫ ਟੈਂਪੋਰਰੀ ਮਿਲ ਜਾਂਦੀ ਹੈਗੀ ਕਿ ਕੀ ਕੀ ਇਹਦੇ ਨਾਲ ਤੁਹਾਡੇ ਵਿਚਾਰ ਥਾਟਸ ਬਦਲਦੇ ਨੇ ਦਿਸ ਇਜ਼ ਸਮਥਿੰਗ ਵੀ ਆਰ ਗੋਇੰਗ ਟੂ ਡਿਸਕਸ ਇਹ ਤੇ ਜੀ ਮੈਂ ਇੰਨਾ ਕਹਿ ਰਿਹਾ ਵੀ ਆਪਾਂ ਮੈਂ ਕੋਈ ਪ੍ਰੋਫੈਸ਼ਨਲ ਪ੍ਰਚਾਰਕ ਨਹੀਂ ਹੈ ਜੀ ਜੀ ਬਿਲਕੁਲ ਹੈ ਨਾ ਗੁਰਬਾਣੀ ਇੱਕ ਜੀਵਨ ਜਾਚ ਦਾ ਜੋ ਮਾਰਗ ਹੈ ਨਾ ਜੀ ਉਸ ਨੂੰ ਇੱਕ ਸਮਝਣ ਦੀ ਕੋਸ਼ਿਸ਼ ਹੈ ਹੈ ਨਾ ਜੋ ਸਮਝਿਆ ਉਹ ਆਪਣ ਦੂਸਰੇ ਨਾਲ ਸਾਂਝਾ ਕਰਦੇ ਇੱਕ ਬੜਾ ਅੱਛਾ ਕੰਮ ਹੈ ਐਜ਼ ਅ ਬੈਂਕਰ ਕਿਸ ਤਰ੍ਹਾਂ ਟਰਾਂਸਫਰਮੇਸ਼ਨ ਹੋਈ ਤੁਹਾਡੀ ਕਿ ਇਸ ਪਾਸੇ ਨੂੰ ਲੱਗ ਕੇ ਤੁਹਾਡੇ ਜੀਵਨ ਵਿੱਚ ਜਿਹੜਾ ਪਰਵਰਤਨ ਆਇਆ ਇਸ ਬਾਰੇ ਅਸੀਂ ਕੁਰੀ ਪਹਿਲਾਂ ਵੀ ਕਰ ਚੁੱਕੇ ਹਾਂ ਗੱਲਬਾਤ ਬਟ ਬਰੀਫਲੀ ਮੈਂ ਚਾਹਾਂਗਾ ਜਿਹੜੇ ਤੁਸੀਂ ਕਹਿੰਨਾ ਮਾਈਂਡਸੈਟ ਦੀ ਗੱਲ ਕਿਉਂਕਿ ਅਲਟੀਮੇਟ ਤਾਂ ਰੀਅਲਾਈਜੇਸ਼ਨ ਤਾਂ ਇਹੀ ਹੋਣੀ ਚਾਹੀਦੀ ਹੈ ਕਿ ਜੋ ਕੁਝ ਅਸੀਂ ਕਰ ਰਹੇ ਹਾਂ ਉਸ ਦਾ ਸਾਨੂੰ ਕੀ ਬੇਨਫਿਟ ਮਿਲ ਰਿਹਾ ਹੈ ਹਾਊ ਇਜ਼ ਇਟ ਚੇਂਜਿੰਗ ਯੋਰ ਪਰਸਪੈਕਟਿਵ ਹਾਊ ਵੇਅਰ ਵੇਰ ਯੂ ਐਂਡ ਵੇਅਰ ਆਰ ਯੂ ਨਾਓ ਕਿਉਂਕਿ ਜੇਕਰ ਅਸੀਂ ਇਹ ਸੋਚ ਨੂੰ ਲਿਆਵਾਂਗੇ ਡਾਕਟਰ ਸਾਹਿਬ ਤਾਂ ਉਹਦੇ ਨਾਲ ਆਟੋਮੈਟਿਕਲੀ ਸਾਨੂੰ ਉਹਦਾ ਇੰਪੈਕਟ ਪਏਗਾ ਤੁਹਾਡੇ ਵਿੱਚ ਕੀ ਚੇਂਜ ਆਇਆ ਉਹ ਜਿਹੜੀ ਹੈਗੀ ਆ ਆਪਾਂ ਅੱਗੇ ਚੱਲ ਕੇ ਇਹ ਗੱਲ ਨਾ ਜੀ ਐਗਜ਼ੈਕਟਲੀ ਇਹ ਕਰਨੀ ਆ ਉਹ ਕੁਐਸਚਨ ਜਿਹੜਾ ਆਪਾਂ ਆਨਸਰ ਅੱਗੇ ਕਰ ਲਵਾਂਗੇ ਉਹਦਾ ਹੁਣ ਇਹ ਆ ਬਈ ਬਈ ਅੱਜ ਮੈਂ ਸਾਡੇ ਜਿਹੜੇ ਖਾਸ ਕਰਕੇ ਨੌਜਵਾਨ ਨੇ ਨਾ ਯੂਥ ਨੇ ਡਾਕਟਰ ਲੋਅਰ ਟੀਚਰਸ ਨੇ ਹੋਰ ਬਿਜ਼ਨਸਮੈਨ ਨੇ ਜਿਨ੍ਹਾਂ ਪਾਸ ਨਾ ਤੇ 4 ਵਜੇ ਉੱਠ ਕੇ ਮੈਡੀਟੇਸ਼ਨ ਕਰਨ ਦਾ ਕੁਝ ਸਮਾਂ ਹੈ ਇਹ ਲੌਜੀਕਲ ਨਹੀਂ ਹੈ ਜੀ ਅਸੀਂ ਉਹਨਾਂ ਨਾਲ ਵਿਚਾਰ ਕਰਨਾ ਕਿ ਗੁਰਮਤ ਦਾ ਜਿਹੜਾ ਸਿਧਾਂਤ ਹੈ ਬਈ ਉਹ ਇਹ ਤੁਸੀਂ ਕਰ ਸਕਦੇ ਹੋ ਉਹਨਾਂ ਨੂੰ ਇਹ ਡਿਸਕਸ਼ਨ ਕਰਦੀ ਰੋ ਰਹਿ ਕਿ ਜੋ ਬੜਾ ਲੌਜੀਕਲ ਆ ਸੈਂਟੀਫਿਕ ਆ ਅਤੇ ਰੀਜ਼ਨੇਬਲ ਆ ਜੀ ਅੱਛਾ ਉਹਨਾਂ ਨਾਲ ਗੁਰਮਤ ਅਨੁਸਾਰ ਮੈਡੀਟੇਸ਼ਨ ਸਿਮਰਨ ਦੀ ਆਪਾਂ ਗੱਲ ਕਰਨੀ ਹੈ ਕਿ ਉਹਦਾ ਜੀਵਨ ਅੰਦਰ ਰੈਲੇਵੈਂਸ ਕੀ ਹੈ ਜਿਹੜੀ ਮੈਡੀਟੇਸ਼ਨ ਦਾ ਸਿਮਰਨ ਦਾ ਸਾਡੇ ਰੋਜ਼ਾਨਾ ਜੀਵਨ ਦੇ ਅੰਦਰ ਕੀ ਰੈਲੇਵੈਂਸ ਹੈ ਜੌਬ ਕਰਦੇ ਆ ਬਿਜ਼ਨਸ ਕਰਦੇ ਆ ਪਰਿਵਾਰ ਪਾਲਦੇ ਆ ਬਈ ਤੁਸੀਂ ਸਾਰੇ ਹੀ ਕਰ ਸਕਦੇ ਹੋ ਇਹ ਅੱਜ ਆਪਾਂ ਸਮਝਣ ਦੀ ਕੋਸ਼ਿਸ਼ ਕਰਨੀ ਹੈ ਜੀ ਹੋਰ ਗੁਰਬਾਣੀ ਅਨੁਸਾਰ ਮੈਡੀਟੇਸ਼ਨ ਸਿਮਰਨ ਕਿੰਨਾ ਮੈਂ ਜਮੈਂ ਕਹਿੰਦੇ ਲਾਜੀਕਲ ਆ ਰੀਜ਼ਨੇਬਲ ਆ ਪ੍ਰੈਕਟੀਕਲ ਆ ਬੜਾ ਸੈਂਟੀਫਿਕ ਆ ਏ ਆਪਾਂ ਇੱਕ ਕਬੀਰ ਜੀ ਦੇ ਸ਼ਬਦ ਨੂੰ ਲੈ ਕੇ ਗੁਰਬਾਣੀ ਦੇ ਵਿੱਚੋਂ ਵਿਚਾਰ ਕਰਨੀ ਹੈ ਜੀ ਹੁਣ ਵਿਚਾਰ ਕਰੀਏ ਜਿਹੜਾ ਪ੍ਰਚਲਿਤ ਮੈਡੀਟੇਸ਼ਨ ਦੀ ਆਪਾਂ ਗੱਲ ਕੀਤੀ ਹੈਗੀ ਆ ਹੁਣ ਕਬੀਰ ਜੀ ਕੀ ਕਹਿ ਰਹੇ ਨੇ ਹਰਿ ਜੀ ਕਬੀਰ ਜੀ ਕਹਿੰਦੇ ਨੇ ਮਨ ਕਾ ਸੁਭਾਉ ਮਨੇ ਬਿਆਪੀ ਮਨੇ ਮਾਰ ਕਵਨ ਸਥਿਤ ਸਾਪੀ ਹੁਣ ਇਹਦੀ ਇਹਦਾ ਜਿਹੜਾ ਐਸੈਂਸ ਆ ਨਾ ਭਾਵ ਅਰਥ ਆ ਸਾਰੇ ਸ਼ਬਦ ਦਾ ਆਪਣੀ ਕੋ ਸਮਝ ਹਾਰਾ ਸ਼ਬਦ ਨਹੀਂ ਕਰ ਸਕਦੇ ਭਾਵ ਅਰਥ ਆਪਾਂ ਗੱਲ ਕਰਦੇ ਆ ਉਹ ਕਬੀਰ ਜੀ ਇੱਥੇ ਕਹਿ ਰਹੇ ਨੇ ਮਨੁੱਖ ਦਾ ਮਨਿਆ ਨਾ ਜਿਹੜਾ ਉਸ ਦੇ ਵਿਚਾਰਾਂ ਉਸ ਦੇ ਥਾਟ ਸੰਸਕਾਰਾਂ ਦਾ ਇਕੱਠ ਹੁੰਦਾ ਹੈਗਾ ਠੀਕ ਜੈਸੇ ਮਨੁੱਖ ਦੇ ਵਿਚਾਰ ਸੋਚ ਥਾਟਸ ਆਦਤਾ ਹੋਣ ਸੰਸਕਾਰ ਹੋਣ ਅਜਿਹਾ ਇਹ ਮਨੁੱਖ ਦੀ ਪਰਸਨੈਲਿਟੀ ਉਹਦੇ ਆਧਾਰ ਤੇ ਹੁੰਦੀ ਹੈ ਠੀਕ ਉਹਦਾ ਕਿਰਦਾਰ ਡੈਸਟੀਨੀ ਉਹਦੇ ਆਧਾਰ ਤੇ ਹੁੰਦੀ ਹੈ ਕਬੀਰ ਜੀ ਆਖਦੇ ਨੇ ਜੀਵਨ ਦੀ ਕਿਰਿਆ ਨਟ ਭਜ ਐਕਸ਼ਨਸ ਡੀਡ ਮਨ ਦੇ ਸੰਸਕਾਰਾਂ ਥਾਟਸ ਦੇ ਆਧਾਰ ਤੇ ਹੀ ਸਾਡਾ ਜੀਵਨ ਚੱਲਦਾ ਹੈਗਾ ਅਸੀਂ ਸੋਚਦੇ ਹਾਂ ਸੋਚ ਕੇ ਉਹ ਸਾਰੇ ਕੰਮ ਕਬੀਰ ਜੀ ਕਹਿੰਦੇ ਨੇ ਤੁਸੀਂ ਕਰਦੇ ਹੋ ਜੀ ਉਹ ਕਹਿੰਦੇ ਅਗਰ ਅਸੀਂ ਥਾਟਸ ਸੋਚ ਵਿਚਾਰਾਂ ਨੂੰ ਬੰਦ ਕਰਨ ਦੀ ਕੋਸ਼ਿਸ਼ ਕਰੀਏ ਰੋਕਣ ਦੀ ਕੋਸ਼ਿਸ਼ ਕਰੀਏ ਮਨ ਨੂੰ ਚੁੱਪ ਕਰਾਉਣ ਦੀ ਕੋਸ਼ਿਸ਼ ਕਰੀਏ ਮਨ ਨੂੰ ਮਾਰਨ ਦੀ ਕੋਸ਼ਿਸ਼ ਕਰੀਏ ਜੀਵਨ ਦੀ ਕਿਰਿਆ ਨਹੀਂ ਚੱਲਦੀ ਇਹ ਕਹਿੰਦੇ ਮਨ ਚੁੱਪ ਨਹੀਂ ਕਰਦਾ ਇਹ ਤਾਂ ਸੋਚਦਾ ਹੀ ਰਹਿੰਦਾ ਹੈਗਾ ਪਰ ਕਬੀਰ ਜੀ ਤਾਂ ਹੁਣ ਥਿਸ ਇਜ਼ ਥ ਫੰਡਮੈਂਟਲ ਸਿਧਾਂਤ ਜਿਹੜਾ ਆਪਾਂ ਗੁਰਮਤ ਦਾ ਡਿਸਕਸ ਕਰਨਾ ਕਬੀਰ ਜੀ ਕੀ ਆਖਦੇ ਨੇ ਉਹ ਕਹਿੰਦੇ ਫੋਕਸ ਤੇਰੀ ਮੈਡੀਟੇਸ਼ਨ ਦਾ ਨਾ ਤੇਰੇ ਸਿਮਰਨ ਦਾ ਫੋਕਸ ਮਨ ਨੂੰ ਮਾਰਨਾ ਨਹੀਂ ਮਨ ਨੂੰ ਚੁੱਪ ਕਰਾਉਣਾ ਨਹੀਂ ਮਨ ਨੂੰ ਜਿੱਤਣਾ ਉਹ ਕਹਿੰਦੇ ਮਨ ਜੀਤੇ ਜਗ ਜੀਤ ਇਹ ਫਿਲਾਸਫੀ ਹੈ ਭਾਵ ਸੋਚ ਨੂੰ ਬਦਲਣਾ ਹੁਣ ਕਬੀਰ ਜੀ ਇਹ ਕਹਿੰਦੇ ਇਹ ਨਹੀਂ ਕਿ ਤੂੰ ਉੱਥੇ ਇੱਕ ਬੈਠ ਕੇ ਵਾਹਿਗੁਰੂ ਕਰੀ ਜਾ ਲਾ ਬਈ ਤੇਰੇ ਸਿਮਰਨ ਕਰਨ ਦਾ ਭਾਵ ਇਹ ਹੈਗਾ ਕਿ ਤੂੰ ਸੋਚ ਨੂੰ ਬਦਲਣਾ ਤੂੰ ਆਪਣੇ ਸੰਸਕਾਰਾਂ ਨੂੰ ਬਦਲਣਾ ਵਿਚਾਰਾਂ ਨੂੰ ਬਦਲਣਾ ਥਾਟਸ ਨੂੰ ਟਰਾਂਸਫਾਰਮ ਕਰਨਾ ਹੈਗਾ ਕੁਆਲਿਟੀ ਆਫ ਥਾਟਸ ਨੂੰ ਬਦਲਣਾ ਉਹ ਕਹਿੰਦੇ ਫੋਕਸ ਤੇਰਾ ਇਹ ਚਾਹੀਦਾ ਕੌਨਸ਼ੀਅਸ ਟਰਾਂਸਫਾਰਮੇਸ਼ਨ ਤੇ ਚਾਹੀਦਾ ਇਹੀ ਸਾਰਾ ਫੋਕਸ ਤੇਰਾ ਕਹਿੰਦੇ ਇਹ ਇਸ ਟਰਾਂਸਫਰਮੇਸ਼ਨ ਤੇ ਚਾਹੀਦਾ ਇਹ ਅਮਰੀਕਾ ਇੱਕ ਇੱਕ ਲਾਫੀ ਨੂੰ ਲੈ ਕੇ ਆਤੀ ਗੱਲ ਕਰੀਏ ਜੋ ਵੀ ਤੂੰ ਸਿਮਰਨ ਕਰਦਾ ਜੋ ਵੀ ਤੂੰ ਪਾਠ ਕਰਦਾ ਤੇਰਾ ਫੋਕਸ ਚਾਹੀਦਾ ਤੂੰ ਤੇਰੇ ਸੰਸਕਾਰ ਬਦਲਨੇ ਨੇ ਮਨ ਨੂੰ ਚੁੱਪ ਨਹੀਂ ਕਰਾ ਸਕਦਾ ਅੱਛਾ ਉਹ ਵਿਚਾਰ ਥੌਟਸ ਜੋ ਉਹ ਕਹਿੰਦੇ ਉਹ ਵਿਚਾਰ ਥੌਟਸ ਜੋ ਮਨੁੱਖ ਨੂੰ ਗਲਤ ਪਾਸੇ ਲੈ ਜਾਂਦੇ ਨੇ ਉਹ ਕਰਮ ਕਰਨ ਪਾਸੇ ਲੈ ਜਾਂਦੇ ਨੇ ਉਹਨਾਂ ਨੂੰ ਟਰਾਂਸਫਰਮ ਕਰਨਾ ਹੈਗਾ ਗੁਰਮਤ ਦਾ ਹੁਣ ਸਿਧਾਂਤ ਦੇਖੋ ਪੀਚੀ ਗੁਰਮੁਖ ਦਾ ਸਿਧਾਂਤ ਹੈ ਕਿ ਮਨ ਨੂੰ ਚੁੱਪ ਨਹੀਂ ਕਰਾਇਆ ਜਾ ਸਕਦਾ ਥਾਟ ਨੂੰ ਰੋਕਿਆ ਨਹੀਂ ਜਾ ਸਕਦਾ ਜੀ ਬੰਦ ਨਹੀਂ ਕੀਤਾ ਸਕਦਾ ਮਨ ਨੂੰ ਮਾਰਿਆ ਨਹੀਂ ਜਾ ਸਕਦਾ ਗੁਰੂ ਪਾਚ ਪਹਿਲੀ ਪੌੜੀ ਕੀ ਦੱਸ ਦਿੰਦੇ ਨੇ ਚੁੱਪੇ ਚੁੱਪਨ ਹੋ ਵੀ ਜਲਹਰਾਂ ਦੇ ਅਵਤਾਰ ਠੀਕ ਦੇਖੋ ਨਾ ਫੋਕਸ ਦੀ ਗੱਲ ਹੈ ਵੀ ਜਿਹੜੇ ਦੂਜੇ ਮੈਡੀਟੇਸ਼ਨ ਆ ਉਹਨਾਂ ਦਾ ਹਰ ਵੀ ਚੀ ਫੋਕਸ ਸੰਸਕਾਰ ਬਦਲਣਾ ਨਹੀਂ ਹੈ ਹਮ ਉਹ ਖਤਰੋ ਸਲੋ ਪ੍ਰੋਸੈਸ ਕਰਨਾ ਹੈਗਾ ਟੈਂਪੋਰੀ ਸ਼ਾਂਤੀ ਮਿਲ ਜਾਂਦੀ ਹੈ ਜੀ ਇਹ ਮਨ ਕਹਿੰਦੇ ਪਾਤਸ਼ਾਹ ਕਹਿੰਦੇ ਨੇ ਬਈ ਮਨ ਨੂੰ ਚੁੱਪ ਕਰਾਉਣ ਦੇ ਯਤਨ ਨਾਲ ਕੋਸ਼ਿਸ਼ ਨਾਲ ਇਹ ਮਨ ਚੁੱਪ ਨਹੀਂ ਕਰਦਾ ਇਹ ਵਿਚਾਰ ਰੁਕਦੇ ਨਹੀਂਗੇ ਭਣਕਰਾਂ ਵੱਲੋਂ ਨਹੀਂ ਰੁਕਦੇ ਭਾਵੇਂ ਘੰਟੀਆਂ ਬਦੀ ਤੁਸੀਂ ਮੌਨ ਧਾਰ ਕੇ ਬੈਠੇ ਰਹੋ ਹੁਣ ਸਾਈਕੋਲੋਜਿਸਟ ਦੱਸਦੇ ਨੇ ਕਹਿੰਦੇ 24 ਘੰਟਿਆਂ ਦੇ ਵਿੱਚ ਸਾਡੇ 60000 ਜਿਹੜੇ ਥਾਟਸ ਨੇ ਉਹ ਮਨ ਦੇ ਥਰੂ ਰਨ ਕਰਦੇ ਆ ਜਿਸ ਸਾਈਕੋਲੋਜਿਸਟ ਦੱਸਦੇ ਨੇ ਹਾਂ ਜਿੰਨਾ ਜ਼ਿਆਦਾ ਦਿਓਰ ਦੇਓਗੇ ਜਿਆਦਾ ਉ ਉਨੇ ਹੀ ਜ਼ਿਆਦਾ ਵਿਚਾਰ ਜਿਹੜੇ ਉੱਠਦੇ ਨੇ ਇਹ ਸਿੱਖੀ ਦੇ ਆਪਾਂ ਜਿਹੜੀ ਗੱਲ ਕਰਦੇ ਆ ਵੀ ਜਿਹੜਾ ਸਿੱਖੀ ਦਾ ਸਿਧਾਂਤ ਹੈ ਉਹ ਇਹ ਹੈ ਹਰਬੀ ਜਿਵੇਂ ਆਪਨੇ ਗੱਲ ਛੇੜੀ ਸੀਗੀ ਉਹ ਵੀ ਜਿੰਨੇ ਵੀ ਅਸੀਂ ਧਰਮ ਦੇ ਕਾਰਜ ਕਰੀਏ ਜੀ ਸਾਡਾ ਫੋਕਸ ਚਾਹੀਦਾ ਚੇਂਜ ਆਫ ਦੀ ਕੁਆਲਿਟੀ ਆਫ ਥਾਟਸ ਇਮੇ ਆਪਣੀ ਗੱਲ ਕੀਤੀ ਸੀ ਗੁਰਬਾਣੀ ਨੂੰ ਪੜਿਆ ਉਹਨੂੰ ਸਮਝਿਆ ਆਪਣੇ ਵਿਚਾਰ ਬਦਲੇ ਨਾ ਵਿਚਾਰ ਬਦਲਣ ਦੇ ਨਾਲ ਤੁਹਾਡੂੰ ਗੁੱਸਾ ਆਉਂਦਾ ਨਾ ਕੋਈ ਈਰਖਾ ਰਹਿੰਦੀ ਆ ਨਾ ਕੋਈ ਲਾਲਚ ਰਹਿੰਦਾ ਨਾ ਕੋਈ ਰਨ ਰਹਿੰਦੇ ਆਫਟਰ ਮਨੀ ਰਨ ਕਰਦੇ ਹੈਗੇ ਨੇ ਨਾ ਕਿਸੇ ਨਾਲ ਵਿਤਕਰਾ ਕਰਨਾ ਨਾ ਕਿਸੇ ਨਾਲ ਚਾਜੇ ਨਾ ਕੋ ਬਹਿਰੀ ਨਹੀਂ ਬਗਾਨਾ ਸੋ ਇਹ ਉਹ ਸਾਰੇ ਥੌਟਸ ਬਦਲ ਜਾਂਦੇ ਗੁਰਬਾਣੀ ਨੂੰ ਪੜਿਆ ਥੌਟਸ ਬਦਲੇ ਜੀਵਨ ਬਦਲ ਗਿਆ ਪਰਸਨੈਲਿਟੀ ਬਦਲ ਗਈ ਤੁਹਾਡੀ ਡੈਸਟੀਨੀ ਸਰੀ ਬਦਲਣੀ ਛੋ ਅਸਾਰੇ ਜਿਹੜੀ ਸਿਮਰਨ ਤੋਂ ਭਾਵੇਂ ਮੈਡੀਟੇਸ਼ਨ ਤੋਂ ਭਾਵੇਂ ਇਹੀ ਹੈ ਕਿ ਅਸੀਂ ਆਪਣੇ ਕੁਆਲਿਟੀ ਆਫ ਥਾਟਸ ਬਦਲਨੇ ਰਾਈਟ ਉਹ ਗੁਣਾਂ ਨੂੰ ਗੁਣਾ ਵਿੱਚ ਬਦਲਣਾ ਆਉ ਗੁਣ ਛੋੜ ਗੁਣਾ ਕੋ ਧਾਉ ਉਹਦਾ ਫੋਕਸ ਹੋਣਾ ਚਾਹੀਦਾ ਇਹ ਨਹੀਂ ਕਿ ਤੁਸੀਂ ਘੰਟਾ ਬੈਠ ਕੇ ਇੱਕ ਲਫਜ਼ ਦੁਹਾਈ ਗਏ ਪਰ ਤੁਹਾਡਾ ਥਾਟ ਕੋਈ ਵੀ ਨਹੀਂ ਬਦਲਿਆ ਇਹ ਤੁਹਾਡਾ ਫੋਕਸ ਹੀ ਨਹੀਂ ਹੈਗਾ ਟੈਂਪੋਰਰੀ ਰਿਲੀਫ ਮਿਲ ਜੂ ਪਰ ਤੁਹਾਡੀ ਜਿਹੜੀ ਸੋਚ ਟਰਾਂਸਫਰਮੇਸ਼ਨ ਹੈ ਨਾ ਸੋਚ ਦੀ ਉਹ ਨਹੀਂ ਹੋਣੀ ਠੀਕ ਥਿਸ ਇਜ਼ ਗੁਰੂ ਬਾਛਾ ਇਹ ਤੇ ਕਹਿ ਰਹੇ ਨੇ ਹੁਣ ਦੱਸੋ ਕਹਿੰਦੇ ਕਿ ਜਦੋਂ ਤੁਹਾਡੀ ਥਾਟਸ ਟ੍ਰਾਂਸਫਰ ਟ੍ਰਾਂਸਫਰਮੇਸ਼ਨ ਹੋ ਗਈ ਜਿਵੇਂ ਆਪਨੇ ਗੱਲ ਕੀਤੀ ਸੀ ਫੇਰ ਬਈ ਜਿਹੜੀ ਲਾਲਚ ਤੇ ਗਰੀਡ ਆ ਨਾ ਸਾਡੀ ਇਹ ਫਿਰ ਸੰਤੋਖ ਚ ਬਦਲ ਜਾਏਗੀ ਠੀਕ ਕੰਟੈਂਟਮੈਂਟ ਚ ਬਦਲ ਜਾਏਗੀ ਫੇਰ ਤੂੰ ਪੈਸੇ ਦੀ ਦੌੜ ਮ ਕਮਾਵੇਂਗਾ ਪਰ ਤੇਰੇ ਜੀਵਨ ਦਾ ਫੋਕਸ ਨਹੀਂ ਹੋਏਗਾ ਉਹ ਹੈਨਾ ਇਹ ਟ੍ਰਾਂਸਫਰਮੇਸ਼ਨ ਹੋਏਗੀ ਨਫਰਤ ਜਿਹੜੀ ਹੇਟ ਰੈਟ ਆ ਨਾ ਉਹ ਆਪਸੀ ਪਿਆਰ ਚ ਬਦਲ ਜਾਏਗੀ ਅਨ ਕੰਡੀਸ਼ਨਲ ਲਵ ਆਪਸੀ ਪਿਆਰ ਜਿਹੜੀ ਹੈਗੀ ਆ ਈਰਖਾ ਜੈਲਸ ਆ ਉਹ ਦਇਆ ਕਨਸਰਨ ਫਾਰ ਅਦਰਸ ਇਹਦੇ ਵਿੱਚ ਬਦਲ ਜਾਏਗੀ ਨਫ਼ਰਤ ਜਿਹੜੀ ਕਾਈਨਲੈਸ ਬਦਲ ਜਾਏਗੀ ਗੁਰੂ ਪਾਤਸ਼ਾਹ ਕਹਿੰਦੇ ਨੇ ਤੇਰਾ ਫੋਕਸ ਇਹ ਹੋਣਾ ਚਾਹੀਦਾ ਹੈ ਸਿਮਰਨ ਕਰਨ ਦਾ ਭਾਵ ਇਹ ਹੈ ਮੈਡੀਟੇਸ਼ਨ ਦਾ ਭਾਵ ਇਹ ਹੈਗਾ ਇਹ ਨਹੀਂ ਕਿ ਟੜਕੇ ਉੱਠ ਕੇ ਇੱਕ ਘੰਟਾ ਬੈਠੇ ਪਰ ਐਂਡ ਰਿਜ਼ਲਟ ਜਿਹੜਾ ਹੈਗਾ ਸਾਡਾ ਬਦਲਿਆ ਕੁਝ ਵੀ ਨਹੀਂ ਹੈਗਾ ਇਦੇ ਬਾਰੇ ਹੋਰ ਜਾਣਕਾਰੀ ਲੈਣੇ ਜੀ ਛੋੜ ਜੀ ਬ੍ਰੇਕ ਲਾ ਕੇ ਵਾਪਸ ਆ ਕੇ ਕਿ ਜਿਸ ਤਰ੍ਹਾਂ ਤੁਸੀਂ ਕਹਾ ਕਿ ਥਾਟਸ ਦੀ ਟਰਾਂਸਫਰਮੇਸ਼ਨ ਜਿਹੜਾ ਹੈ ਇਹ ਮਕਸਦ ਹੈ ਸਿਮਰਨ ਦਾ ਗੁਰਮਤ ਅਨੁਸਾਰ ਕਿਸ ਤਰੀਕੇ ਨਾਲ ਅਸੀਂ ਹੁਣ ਇਸ ਤਰ੍ਹਾਂ ਤੁਰਨਾ ਹੈ ਕਿਉਂਕਿ ਅਲਟੀਮੇਟਲੀ ਇਟਸ ਵੈਰੀ ਈਜ਼ੀ ਟੂ ਸੇ ਬਟ ਵੈਰੀ ਡਿਫਿਕਲਟ ਟੂ ਫਾਲੋ ਅੱਜ ਦਾ ਜਿਸ ਤਰ੍ਹਾਂ ਦਾ ਅਸੀਂ ਸਮਾਜ ਆਪਣੇ ਆਲੇ ਦੁਆਲੇ ਬਣਾਇਆ ਹੈ ਤੇ ਖਾਸ ਤੌਰ ਤੇ ਆਪਣੇ ਭਾਈਚਾਰੇ ਜੋ ਅਸੀਂ ਦੇਖ ਰਹੇ ਹਾਂ ਲੱਤਾਂ ਖਿੱਚਨੀਆਂ ਇੱਕ ਦੂਸਰੇ ਦੀਆਂ ਨਿੰਦਾ ਚੁਗਲੀ ਈਰਕਾ ਇਹ ਬਹੁਤ ਆਲ ਟਾਈਮ ਹਾਈ ਤੇ ਪਹੁੰਚੋ ਇਹਦਾ ਸਾਰਾ ਲੈ ਕੇ ਗੁਰਮਤ ਜੋ ਸਾਨੂੰ ਕਹ ਰਹੀ ਹੈ ਕਿ ਦਾ ਫੋਕਸ ਹੀ ਹੈ ਨਹੀਂ ਐਬਸੋਲੂਟਲੀ ਅੱਜ ਸਾਡਾ ਆਏ ਤੇ ਫੋਕਸ ਹੀ ਹੈ ਸੋ ਫੋਕਸ ਨੂੰ ਕਿਵੇਂ ਚੇਂਜ ਕਰਨਾ ਇਹਦੇ ਬਾਰੇ ਜਾਣਕਾਰੀ ਲੈਣੇ ਛੋੜੀ ਜੀ ਬ੍ਰੇਕ ਤੋਂ ਬਾਅਦ ਵੈਨਕੂਵਰ ਵਿੱਚ ਮਰੀਨ ਡਰਾਈਵ ਤੇ ਸਥਿਤ ਰੀਅਲ ਕੈਨੇਡੀਅਨ ਸੁਪਰਸਟੋਰ ਉਹ ਵਨ ਸਟਾਪ ਖਰੀਦਾਰੀ ਦਾ ਹੱਲ ਹੈ ਜਿੱਥੇ ਤੁਹਾਨੂੰ ਵੈਰਾਈਟੀ ਵੈਲਿਊ ਤੇ ਹਰ ਕਿਸਮ ਦੀਆਂ ਸਾਊਥ ਏਸ਼ੀਅਨ ਸਪੈਸ਼ialities ਵਾਜਿਬ ਕੀਮਤਾਂ ਤੇ ਮਿਲਦੀਆਂ ਹਨ ਸਾਫ਼ ਸੁਥਰੀਆਂ ਹਾਈ ਕੁਆਲਿਟੀ ਤਾਜ਼ੀ ਸਬਜ਼ੀਆਂ ਪਲ ਬੇਗਰੀ ਡੇਰੀ ਰੈਗੂਲਰ ਡਿਪਾਰਟਮੈਂਟ ਦੀ ਗ੍ਰੋਸਰੀ ਇੱਥੇ ਉਪਲਬਧ ਹੈ ਆਓ ਤੇ ਆ ਕੇ ਇੱਕੋ ਥਾਂ ਤੋਂ ਘਰ ਦੀ ਲੋੜ ਦੀ ਹਰ ਇੱਕ ਚੀਜ਼ ਲੈ ਜਾਓ ਹੋਰ ਜਾਣਕਾਰੀ ਲਈ ਕਾਲ ਕਰੋ 6043223727 ਵੀ ਕੇਅਰ ਟੂ 올 ਯਰ ਐਥਨਿਕ ੀਜ਼ ਥੈਂਕ ਯੂ ਫਾਰ ਸ਼ਾਪਿੰਗ ਐਟ ਸੁਪਰਸਟੋਰ ਔਨ ਮਰੀਨ ਡਰਾਈਵ ਸਵਾਗਤ ਕਰਦੇ ਹਾਂ ਜੀ ਇੱਕ ਵਾਰ ਫਿਰ ਆਪ ਸਭ ਦਾ ਅਜ ਇਸ ਰਿਲੀਜੀਅਸ ਸੈਗਮੈਂਟ ਵਿੱਚ ਡਾਕਟਰ ਹਰਬੰਸਿੰਘ ਕੰਡੋਲਾ ਸਾਡੇ ਨਾਲ ਸੰਜਪਾ ਰਹੇ ਨੇ ਤੇ ਦੱਸ ਰਹੇ ਨੇ ਕਿ ਗੁਰਮਤ ਅਨੁਸਾਰ ਮੈਡੀਟੇਸ਼ਨ ਯਾਨੀ ਕਿ ਸਿਮਰਨ ਦਾ ਕੀ ਮਕਸਦ ਹੈ ਇਸ ਤਰ੍ਹਾਂ ਨੇ ਬ੍ਰੇਕ ਤੋਂ ਪਹਿਲਾਂ ਕਿਹਾ ਕਿ ਫੋਕਸ ਜਦ ਤੱਕ ਸਾਡਾ ਚੇਂਜ ਨਹੀਂ ਹੋਏਗਾ ਤਦ ਤੱਕ ਇਹ ਸਿਰਫ ਵਿਅਰਥੀ ਚੀਜ਼ਾਂ ਹੋਣਗੀਆਂ ਲੇਕਿਨ ਜੇਕਰ ਮਾਈਂਡ ਦੇ ਵਿੱਚ ਇਹ ਗੱਲ ਬੈਠ ਜਾਏ ਕਿ ਅਸੀਂ ਸਿਮਰਨ ਕਿਸ ਕਰਕੇ ਕਰ ਰਹੇ ਹਾਂ ਕਿ ਸਾਡੇ ਵਿੱਚ ਚੇਂजेस ਲਿਆਣ ਲਈ ਅਸੀਂ ਇਹ ਸਭ ਕੁਝ ਯਤਨ ਕਰ ਰਹੇ ਹਾਂ ਤਾਂ ਉਸ ਨਾਲ ਤੁਹਾਡਾ ਜਿਹੜਾ ਪਰਸਪੈਕਟਿਵ ਚੇਂਜ ਹੋ ਜਾਏਗਾ ਤੇ ਪਰਸਪੈਕਟਿਵ ਚੇਂਜ ਹੋਣ ਨਾਲ ਜ਼ਿੰਦਗੀ ਬਦਲ ਜਾਂਦੀ ਹੈ ਆਓ ਹੋਰ ਜਾਣਕਾਰੀ ਲੈਣੇ ਕਿ ਕਿਹੜੇ ਪ੍ਰੈਕਟੀਕਲ ਸਟੈਪਸ ਲਏ ਜਾਣ ਜਿਦੇ ਨਾਲ ਕਿ ਫੋਕਸ ਵਿੱਚ ਚੇਂਜ ਆ ਸਕਦਾ ਹੈ ਜੀ ਡਾਕਟਰ ਸਾਹਿਬ ਹਰ ਜੀ ਅੱਪ ਹੁਣ ਦੀ ਜਿਹੜੀ ਆਪਾਂ ਹੁਣ ਤੱਕ ਦੀ ਵਿਚਾਰ ਕੀਤੀ ਹੈ ਹਰਬੀ ਜੀ ਦੇ ਵਿੱਚ ਇੱਕ ਗੱਲ ਆਪਣੀ ਕਲੀਅਰ ਹੋ ਜਾਂਦੀ ਹੈ ਕਿ ਜਦੋਂ ਸਿੱਖ ਕੋਈ ਨਿਤਨੇਮ ਕਰਦਾ ਸਿਮਰਨ ਕਰਦਾ ਜਾਪ ਕਰਦਾ ਧਰਮ ਦਾ ਕੋਈ ਵੀ ਕਾਰਜ ਕਰਦਾ ਹੈਗਾ ਉਹਦਾ ਫੋਕਸ ਜਿਹੜਾ ਗੋਲ ਇੱਕੋ ਹੀ ਹੋਣਾ ਚਾਹੀਦਾ ਹੈਗਾ ਕਿ ਅਸੀਂ ਸੋਚ ਬਦਲਣੀ ਬਿਹੇਵियर ਬਦਲਣੀ ਆਤਮਾ ਬਦਲਣੀ ਸੰਸਕਾਰ ਬਦਲਣੇ ਨੇ ਕੌਨਸ਼ੀਅਸ ਟਰਾਂਸਫਰਮੇਸ਼ਨ ਇਹੀ ਹੋਣਾ ਚਾਹੀਦਾ ਨਾ ਗੁਰੂਕਾਰ ਕਹਿੰਦੇ ਸਤਗੁਰ ਦੀ ਬਾਣੀ ਸਤ ਸਰੂਪ ਹੈ ਗੁਰਬਾਣੀ ਬਣੀ ਹੈ ਮੈਡੀਟੇਸ਼ਨ ਦਾ ਭਾਬ ਇਹ ਹੀ ਹੈ ਕਿ ਜੋ ਗੁਰੂ ਨੇ ਕਿਹਾ ਉਹੀ ਤੂੰ ਮੰਨ ਲਿਆ ਆਪਣੇ ਜੀਵਨ 'ਚ ਆਧਾਰ ਕਰ ਲਿਆ ਜੀਵਨ ਦਾ ਕੰਪਲੀਟ ਟਰਾਂਸਫਰਮੇਸ਼ਨ ਹੋ ਗਿਆ ਖੁਸ਼ੀਆਂ ਖੇੜਾ ਤੇਰੇ ਜੀਵਨ ਦੇ ਵਿੱਚ ਟੋਟਲੀ ਭਰ ਜਾਏਗਾ ਆਪਗੁਣ ਛੋੜ ਗੁਨਾ ਕੋ ਤਾਹੋ ਫੋਕਸ ਹੀ ਐਸਾ ਹੈ ਸੋਚ ਬਦਲਣਾ ਹੈ ਗੁਰਬਾਣੀ ਦੀ ਇੱਕ ਤੁਕ ਪੜੋਗੇ ਜਦੋਂ ਸਾਡਾ ਫੋਕਸ ਐਸਾ ਨਾ ਹੁਣ ਹਰਪ੍ਰੀਤ ਜੀ ਮੈਡੀਟੇਸ਼ਨ ਤੇ ਸਿਮਰਨ ਦੀ ਗੱਲ ਕਰਦੇ ਆ ਜੀ ਜਦੋਂ ਸਾਡਾ ਫੋਕਸ ਹੈਗਾ ਚਾਹੇ ਤੁਸੀਂ ਸ਼ਬਦ ਦੀ ਇੱਕ ਤੁਕ ਪੜੋਗੇ ਜੀ ਇੱਕ ਸ਼ਬਦ ਪੜੋਗੇ ਨਿਤਨੇਮ ਕਰੋਗੇ ਬਾਣੀ ਨੂੰ ਹੀ ਜੀਵਨ ਬਣਾ ਲਵੋਗੇ ਉਸ ਤੁਕ ਨੂੰ ਹੀ ਜੀਵਨ ਬਣਾ ਲਵੋਗੇ ਦਿਸ ਇਜ਼ ਵਾਟ ਦਾ ਪਰਪਸ ਆਫ ਮੈਡੀਟੇਸ਼ਨ ਐਂਡ ਜਿਹੜਾ ਸਿਮਰਨ ਦਾ ਓਕੇ ਸਤਗੁਰ ਦੇ ਜਨਮੇ ਜਵਨ ਮਟਾਇਆ ਤੇ ਤੁਹਾਡੀ ਫਿਰ ਕੰਪਲੀਟ ਟਰਾਂਸਫਰਮੇਸ਼ਨ ਹੋ ਜਾਂਦੀ ਹੈ अच्छा हुन ਤੁਸੀਂ ਗੱਲ ਕੀਤੀ ਵੀ ਸਾਡੇ ਸਾਹਮਣੇ ਚੁਣੌਤੀ ਇਹ ਹੈ ਇਹ ਸੋਚ ਸੰਸਕਾਰ ਬਦਲੀਏ ਕਿਵੇਂ ਗੁਰੂ ਨਾਨਕ ਪਾਤਸ਼ਾਹ ਇੱਕ ਕਮਾਲ ਦਾ ਮੈਥਡ ਸਾਨੂੰ ਦੱਸਦੇ ਆ ਗੁਰਬਾਣੀ ਦੇ ਵਿੱਚ ਅੱਛਾ ਜੀ ਪ੍ਰੈਕਟੀਕਲ ਐਗਜ਼ੈਂਪਲ ਲੈ ਕੇ ਆਪਾਂ ਪ੍ਰੋਸੈਸ ਦੀ ਫੇਰ ਕਰਾਂਗੇ ਇੱਥੇ ਗੁਰੂ ਸਾਹਿਬ ਇੱਕ ਮੈਥਡੋਲੋਜੀ ਦੱਸਦੇ ਨੇ ਵੀ ਤੂੰ ਇਹ ਟਰਾਂਸਫਰਮੇਸ਼ਨ ਕਰਨੀ ਕਿਵੇਂ ਹੈ ਜੀ ਗੁਰੂ ਪਾਤਸ਼ਾਹ ਸ਼ਬਦ ਹੈ ਉਹ ਕਹਿੰਦੇ ਨੇ ਕਾਮ ਕਰੋਧ ਦੋਇ ਕਰੋ ਬਸੋਲੇ ਗੋਡੋ ਧਰਤੀ ਭਾਈ ਜਿਉ ਗੋਡੋ ਤੇ ਉਹ ਤੁਮ ਸੁਖ ਪਾਵੋ ਕੀਰਤਨ ਮੇਟਿਆ ਜਾਈ ਹੁਣ ਇਹਦਾ ਭਾਵ ਅਰਥ ਹੈ ਨਾ ਸਾਰਾ ਅ ਸ਼ਬਦ ਦਾ ਆਪਾਂ ਉਹ ਕਰਦੇ ਗੁਰੂ ਪਾਤਸ਼ਾਹ ਇੱਥੇ ਮਨ ਨੂੰ ਚੁੱਪ ਕਰਾਉਣ ਦੀ ਗੱਲ ਨਹੀਂ ਕਰਦੇ ਵਿਚਾਰਾਂ ਨੂੰ ਰੋਕਣ ਦੀ ਗੱਲ ਨਹੀਂ ਕਰਦੇ ਸੰਸਕਾਰਾਂ ਨੂੰ ਬਦਲਣ ਦੀ ਵਿਚਾਰ ਕਰਦੇ ਨੇ ਔਗੁਣਾ ਨੂੰ ਰੱਬੀ ਗੁਣਾ ਵਿੱਚ ਬਦਲਣ ਦਾ ਸਾਨੂੰ ਮੈਥਡੋਲੋਜੀ ਦੱਸਦੇ ਨੇ ਮਨੁੱਖਾ ਹੁਣ ਗੁਰੂ ਪਾਤਸ਼ਾਹ ਕਹਿੰਦੇ ਨੇ ਇਹਦੇ ਸ਼ਬਦ ਦੇ ਜਿਹੜਾ ਭਾਵ ਅਰਥ ਹੈ ਹਰਪੀ ਜੀ ਉਹ ਕਹਿੰਦੇ ਮਨੁੱਖਾ ਜੀਵਨ ਇੱਕ ਖਿੜੇ ਫੁੱਲਾਂ ਦਾ ਬਾਗੀਚਾ ਹੈ ਜੀ ਹਨ ਇਹ ਇਹੀ ਸਾਡਾ ਮਨੁੱਖ ਦੀ ਅਸਲੀਅਤ ਹੈ ਉਹ ਕਹਿੰਦੇ ਨੇ ਇਹੀ ਸਾਡਾ ਆਥੈਂਟਿਕ ਸੈਲਫ ਆ ਕੋ ਕਵੀ ਤੂੰ ਰਾਮ ਕੀ ਅੰਸ ਸਾਡੀ ਜਿਹੜੀ ਆਥੈਂਟਿਕ ਸੈਲਫ ਹੈ ਨਾ ਇੱਕ ਮਨੁੱਖ ਦੀ ਜਿਹੜੀ ਰਿਐਲਿਟੀ ਹੈ ਖਿੜੇ ਫੁੱਲਾਂ ਦੇ ਗਾਰਡਨ ਵਰਗੀ ਹੈ ਓਸ਼ਨ ਆਫ ਪੀਸ ਆ ਇਨਰ ਹੈਪੀਨੈਸ ਖੁਸ਼ੀਆਂ ਖੇੜਾ ਆਨੰਦ ਹੈ ਮਨ ਤੂੰ ਜੋਤ ਤੂੰ ਆਪਣਾ ਮੂਲ ਪਛਾਣ ਇਹ ਸਾਡੀ ਅਸਲੀਅਤ ਹੈ ਰੂਪਾਸ਼ਾ ਕਹਿੰਦੇ ਨੇ ਇਹ ਇੱਕ ਖਿੜੇ ਹੋਏ ਫੁੱਲਾਂ ਦੇ ਬਾਗ ਦੀ ਤਰ੍ਹਾਂ ਇਹ ਮਨੁੱਖ ਇਹ ਤੇਰੀ ਅਸਲੀਅਤ ਹੈ ਜੋ ਐਸਾ ਤੇਰੀ ਅਸਲੀਅਤ ਇਹ ਹੈਗੀ ਆ ਇਸ ਸੁੰਦਰ ਖਿੜੇ ਬਾਗੀਚੇ ਅੰਦਰ ਮਨੁੱਖ ਦੀ ਹਉਮੈ ਕਰਕੇ ਪਾਸ਼ਾ ਕਹਿੰਦੇ ਅਗਿਆਨਤਾ ਕਰਕੇ ਵੱਡੇ ਵੱਡੇ ਦਰਖਤਾਂ ਵਰਗੇ ਕਾਮ, ਕ੍ਰੋਧ, ਹੰਕਾਰ, ਲਾਲਚ, ਈਰਖਾ, ਜੈਲਸ, ਨਫ਼ਰਤ ਰੂਪੀ ਜਿਹੜੇ ਵੀਡਸ ਨੇ ਇਹ ਤੇਰੇ ਜਰੀਰ ਦੇ ਵਿੱਚ ਜੀ ਇਹ ਬਾਗ ਦੇ ਵਿੱਚ ਉਗ ਪੈਂਦੇ ਨੇ ਅਗਿਆਨਤਾ ਕਾਰਨ ਉਹ ਕਹਿੰਦੇ ਫਿਰ ਤੇਰੇ ਫੁੱਲ ਮੁਰਝਾ ਜਾਂਦੇ ਨੇ ਸਟ्रेस ਡਿਪਰੈਸ਼ਨ ਵਗੈਰਾ ਤੈਨੂੰ ਆ ਕੇਰਦੇ ਨੇ ਜੀਵਨ ਇੱਕ ਖੁਆਰੀ ਸ਼ੁਰੂ ਹੋ ਜਾਂਦੀ ਹੈ ਅੱਛਾ ਦੁੱਖ ਕਲੇਸ਼ ਝਗੜੇ ਆ ਵੜਦੇ ਨੇ ਇਹੋ ਮਾਡਰਨ ਮੈਨ ਦਾ ਅੱਜ ਜੀਵਨ ਨਾਨਕ ਪਾਸ਼ਾ ਮਨੁੱਖੀ ਗਾਰਡਨ ਨੂੰ ਖਿੜਿਆ ਬਣਾਉਣ ਦਾ ਇੱਕ ਸਾਨੂੰ ਮੈਥਡੋਲੋਜੀ ਦੱਸਦੇ ਨੇ ਕਹਿੰਦੇ ਕਾਮ ਕਰੋਧ ਦੋਇ ਕਰੋ ਬਿਸ਼ੋਲੇ ਬਿਸ਼ੋਲੇ ਹੁੰਦੇ ਨੇ ਗਾਰਡਨ ਹੌ ਯਾਰ ਆਪਕਾ ਡਨ ਹੋ ਗਿਆ ਨਾ ਇਹਨੂੰ ਗੁਰੂ ਨਾਨਕ ਪਾਖਸ਼ਾ ਇੱਕ ਮੈਥਡ ਦੱਸਦੇ ਨੇ ਇਥੇ ਇਥੇ ਮੈਟਾਫੋਰ ਕਾਮ ਕਰੋਧ ਦਾ ਨਾ ਇੱਕ ਮੈਟਾਫੋਰ ਵਰਤੇ ਨੇ ਗੁਰਪਾਸ਼ਾ ਪ੍ਰਤੀਕ ਵਰਤੇ ਨੇ ਉਹ ਕਹਿੰਦੇ ਕਰੋਧ ਇਥੇ ਗੁਰਪਾਸ਼ਾ ਕੀ ਕਹਿ ਰਹੇ ਨੇ ਉਹ ਕਹਿੰਦੇ ਤੂੰ ਔਗੁਣਾ ਪ੍ਰਤੀ ਜਿਹੜੇ ਵਾਈਸਸ ਨੇ ਤੇਰੇ ਈਵਲ ਥਾਟਸ ਨੇ ਗੁੱਸਾ ਐਂਗਰ ਨਫਰਤ ਇਹਨਾਂ ਨੂੰ ਤੂੰ ਕ੍ਰੋਧ ਕਰ ਇਹਨਾਂ ਤੇ ਇਹਨਾਂ ਨੂੰ ਡਿਸਲਾਈਕ ਕਰ ਇਹ ਤੇਰੇ ਫਰੈਂਡਸ ਨਹੀਂ ਏ ਇਹ ਸੋਚ ਪੈਦਾ ਕਰ ਕਿ ਇਹ ਸਾਰੇ ਹੀ ਮੇਰੇ ਫਰੈਂਡਸ ਨਹੀਂ ਏ ਇਹ ਤਾਂ ਮੈਨੂੰ ਮੇਰਾ ਜੀਵਨ ਖوار ਕਰਨ ਵਾਲੇ ਨੇ ਤੂੰ ਇਹਨਾਂ ਤੇ ਕ੍ਰੋਧ ਕਰ ਠੀਕ ਇਹ ਸੋਚ ਬਦਲ ਇਸੀ ਸੋਚ ਪੈਦਾ ਕਰ ਆਪਣੇ ਅੰਦਰ ਕਾਮ ਹੁੰਦਾ ਇਹ ਲਫਜ਼ ਵਰਤੇ ਆ ਗਿਆ ਹੈਗਾ ਲਵ ਅਨ ਕੰਡੀਸ਼ਨਲ ਲਵ ਰੱਬੀ ਗੁਣਾ ਨਾਲ ਪਿਆਰ ਜੀਵਨ ਅੰਦਰ ਧਾਰਨ ਕਰਨੇ ਇਸ ਨੂੰ ਗੁਰੂ ਪਾਤਸ਼ਾਹ ਨੇ ਇਸ ਕੰਟੈਕਸਟ ਦੇ ਵਿੱਚ ਵਰਤੇ ਆਇਆਗਾ ਤੂੰ ਗੁਣਾ ਨੂੰ ਪਿਆਰ ਕਰ ਇਹ ਸੋਚ ਬਣਾ ਆਪਣੀ ਕਿ ਮੈਂ ਔਗੁਣ ਕੱਢਣੇ ਨੇ ਉਹਨਾਂ ਨੂੰ ਆਪਣੇ ਜੀਵਨ ਦੇ ਵਿੱਚ ਧਾਰਨ ਕਰਨਾ ਉਹ ਕਹਿੰਦੇ ਜਿਵੇਂ ਇੱਕ ਗਾਰਡਨਰ ਮਾਲੀ ਗਾਰਡਨ ਵਿੱਚੋਂ ਖੋ ਦੇ ਨਾਲ ਬੀਜ ਪੁੱਟ-ਪੁੱਟ ਕੇ ਪਰੇ ਸੁੱਟ ਦਿੰਦਾ ਤੇ ਫਸਲ ਨੂੰ ਪੁਚਾਈ ਜਾਂਦਾ ਹੈਗਾ ਇਸੇ ਤਰ੍ਹਾਂ ਔਗੁਣਾਂ ਨੂੰ ਵਾਇਸਸ ਨੂੰ ਭੈੜੀਆਂ ਆਦ ਤਾਂ ਬਿਹੇਵੀਅਰ ਆਪਣੇ ਜੀਵਨ ਅੰਦਰੋਂ ਤੂੰ ਹੌਲੀ-ਹੌਲੀ ਇੱਕ-ਇੱਕ ਕਰਕੇ ਸਿਮਰ ਰਾਹੀ ਮੈਡੀਟੇਸ਼ਨ ਰਾਹੀ ਉਹਨੂੰ ਬਾਹਰ ਕੱਢਦਾ ਜਾ ਠੀਕ ਹੈ ਨਾ ਇਹਨਾਂ ਨਾਲ ਕ੍ਰੋਧ ਕਰ ਫਿਰ ਗੁਰੂ ਦੇ ਗਿਆਨ ਰਾਹੀਂ ਡਿਵਾਈਨ ਵਿਜ਼ਡਮ ਦੀ ਰੱਬੀ ਗੁਣਾ ਨਾਲ ਪਿਆਰ ਪਾਉਣਾ ਆਪਣੇ ਜੀਵਨ ਅੰਦਰ ਧਾਰਨ ਕਰਨੇ ਕੌਨਸਿਅੰਸ ਟ੍ਰਾਂਸਫਰਮੇਸ਼ਨ ਤੇਰੀ ਆਪੇ ਹੋ ਜਾਏਗੀ ਇਹੋ ਸਿੱਖ ਦਾ ਫੋਕਸ ਅੱਜ ਹੋਣਾ ਚਾਹੀਦਾ ਇਸੇ ਤਰ੍ਹਾਂ ਸਾਡੇ ਕਰਨ ਨਾਲ ਤੇਰੀ ਜੀਵਨੀ ਉਹ ਕਹਿੰਦੇ ਨੇ ਤੇਰੀ ਜਿਹੜੀ ਚਿੰਤਾ ਸਟ्रेस ਡਿਪਰੈਸ਼ਨ ਵਗੈਰਾ ਬਰੀਸ ਤੇਰੀਆਂ ਤਾਂ ਖਤਮ ਹੋ ਜਾਂਦੇ ਨੇ ਜੀਵਨ ਅੰਦਰ ਖੁਸ਼ੀਆਂ ਖੇੜਾ ਇਨਰ ਪੀਸ ਸਾਡੇ ਦੁੱਖ ਕਲੇਸ਼ ਖਤਮ ਹੋ ਜਾਂਦੇ ਨੇ ਕਿਉਂਕਿ ਗੁਰੂ ਪਾਸ਼ਾ ਲਾਸਿ ਦਾ ਲਫ਼ਜ਼ ਵਰਤਦੇ ਨੇ ਹਰਪੀ ਜੀ ਇਹਦੇ ਸ਼ਬਦ ਦੇ ਵਿੱਚ ਕੀਰਤਨਾ ਮੇਟਿਆ ਜਾਏ ਉਹ ਕਹਿੰਦੇ ਜਦੋਂ ਫੋਕਸ ਤੇਰਾ ਇਹ ਆ ਸਿਮਰਨ ਕਰਨ ਦਾ ਜੀ ਮੈਡੀਟੇਸ਼ਨ ਕਰਨ ਦਾ ਜੇ ਤੇਰਾ ਫੋਕਸ ਇਹ ਹੈਗਾ ਤੇਰਾ ਗੋਲ ਇਹ ਹੈਗਾ ਤੇਰਾ ਮਕਸਦ ਇਹ ਹੈਗਾ ਤਾਂ ਗੁਰੂ ਪਾਸ਼ਾ ਕਹਿੰਦੇ ਨੇ ਇਹ ਤੇਰਾ ਉਦਮ ਬੇਅਰਥ ਨਹੀਂ ਜਾਂਦਾ ਹੂੰ ਤੇ ਤੇਰਾ ਫੋਕਸ ਇਹ ਹੈਗਾ ਨਾ ਤੇਰਾ ਉਦੋਂ ਬਿਆਰਥ ਨਹੀਂ ਜਾਏਗਾ ਇਹ ਤੇਰਾ ਉਦੋਂ ਬਿਆਰਥ ਨਹੀਂ ਜਾਏਗਾ ਖੁਸ਼ੀਆਂ ਖੇੜਾ ਮਿਲੇਗਾ ਸਦਾ ਆਨੰਦ ਦਿਹਿਰ ਰਾਤੀ ਵਾਰੀ ਤੇਰੀ ਅਵਸਥਾ ਬਣ ਜਾਂਦੀ ਹੈ ਹੁਣ ਇਥੇ ਇੱਕ ਆਪਾਂ ਇੱਕ ਹੋਰ ਪੁਆਇੰਟ ਬੜਾ ਪ੍ਰੈਕਟੀਕਲ ਲੈਵਲ ਤੇ ਕਰ ਲਈਏ ਹਰਜੀਤ ਜੀ ਜੋ ਲੋਕ ਧਰਮੀ ਨੇ ਗੁਰਮੁਖ ਨੇ ਉਹਨਾਂ ਦੇ ਮਨ ਅੰਦਰ ਕਦੇ ਵਿਚਾਰ ਭੇੜੇ ਵਿਚਾਰ ਉੱਠਦੇ ਨਹੀਂ ਨਾ ਕਦੇ ਕਿਸੇ ਦੇ ਘਟ ਆਉਂਦੇ ਨੇ ਕਦੇ ਉੱਥੇ ਪ੍ਰੈਕਟੀਕਲੀ ਉੱਠਦੇ ਨਹੀਂ ਪਰ ਇਹ ਹੈਗਾ ਸਵਾਲ ਇਹ ਹੈਗਾ ਫਰਕ ਕਿੰਨਾ ਹੈ ਕਿ ਅਸੀਂ ਉਹਨਾਂ ਨੂੰ ਰਿਐਕਟ ਕਿਵੇਂ ਕਰਨਾ ਹੈ ਹੈਨਾ ਕਿ ਹਾਊ ਟੂ ਡੀਲ ਵਿਦ दैट ਜੋ ਗੁਰਮੁਖ ਹੈ ਸਪਿਰਚੁਅਲੀ ਵੇਕਨਡ ਹੈ ਜਿਨੇ ਆਪਣੇ ਖਿਆਲਾਂ ਨੂੰ ਟਰਾਂਸਫਰਮੇਸ਼ਨ ਕਰ ਲਿਆ ਹੋਇਆ ਅਨਲਾਈਟਨਡ ਹੋ ਗਿਆ ਹੈਗਾ ਉਹ ਥੈਟ ਵਿਲ ਡ੍ਰੌਪ ਦੀ ਆਈਡੀਆ ਰਾਈਟ ਇਨ देयर ਪਰ ਕਿਨ ਹਰ ਵੀ ਹੁੰਦੇ ਨਹੀਂ ਹਰ ਕਿਤੇ ਹੁੰਦੇ ਨੇ ਇਹ ਨਹੀਂ ਕਿ ਰੁਕੇਗਾ ਨਹੀਂ ਪਰ ਉਹ ਤੁਹਾਡਾ ਪਰਸਪੈਕਟਿਵ ਚੇਂਜ ਹੋ ਜਾਏਗਾ ਐਗਜ਼ੈਕਟਲੀ ਪਰਸਪੈਕਟਿਵ ਚੇਂਜ ਹੋ ਗਿਆ ਖਿਆਲ ਆਇਆ ਤੁਹਾਡੇ ਮਨ ਚ ਕਿਉਂਕਿ ਉਸ ਦੇ ਲਈ ਤੇਰੀ ਤੇਰੇ ਪਿਆਰ ਨਹੀਂ ਤੇਰਾ ਨਫਰਤ ਹੈ ਉਹਨਾਂ ਲਈ ਤੇ ਉਹ ਆਈਡੀਆ ਤੁਹਾਡੇ ਮਨ ਚੋਂ ਡ੍ਰੌਪ ਹੋ ਜਾਏਗਾ ਉਹ ਜਦ ਹੀ ਰੀਅਲਾਈਜ਼ ਕਰ ਲੇਗਾ ਆਹ ਥਿਸ ਇਸ ਨਾਟ ਹੁਆ ਗਿਆ ਇਹ ਮੈਂ ਨਹੀਂ ਕਰਨਾ ਹੈਗਾ ਖਿਆਲ ਆਇਆ ਬਾਹਰ ਕੱਢ ਸੁੱਟਿਆ ਡ੍ਰੌਪ ਕਰ ਦਿੱਤਾ ਵਿਥਿਨ ਮਿੰਟਸ ਫਿਰ ਅਸੀਂ ਉਸੇ ਹੀ ਸਟੇਬਲ ਹੈਪੀ ਸਿਚੁਏਸ਼ਨ ਦੇ ਵਿੱਚ ਹਮੇਸ਼ਾ ਸਾਡੀ ਸੁਰਤ ਬਣੀ ਰਹਿੰਦੀ ਆ ਆਈਡੀਆ ਇਜ਼ ਨੋ ਐਨੀ ਮੋਰ ਉਹ ਆਈਡੀਆ ਨੂੰ ਅਸੀਂ ਐਕਸ਼ਨ ਦੇ ਵਿੱਚ ਕਦੇ ਕਨਵਰਟ ਨਹੀਂ ਕਰਦਾ ਹੂੰ ਹੂੰ ਜਿਹੜੀ ਕੌਨਸ਼ੀਅਸ ਟਰਾਂਸਫਰਮੇਸ਼ਨ ਹੋਈ ਹੈ ਨਾ ਆਈਡੀਆ ਆਇਆ ਉਹਨੂੰ ਐਕਸ਼ਨ ਚ ਕਦੇ ਟਰਾਂਸਫਰਮੇਸ਼ਨ ਨਹੀਂ ਕਰੂਗਾ ਉਹਨੂੰ ਡ੍ਰੌਪ ਕਰ ਦਊਗਾ ਬੈਡ ਆਈਡੀਆ ਜਿਹੜਾ ਡ੍ਰੌਪ ਕਰ ਦੇਗਾ ਆਖਿਆ ਜਿਹੜੇ ਜਿਹੜੇ ਹੁਣ ਜਿਹੜਾ ਫਿਰ ਮਨ ਸ਼ਾਂਤ ਰਹਿੰਦਾ ਮਨਮੁਖ ਜਿਹੜਾ ਅਗਿਆਨੀ ਆ ਈਗੋਇਸਟਿਕ ਹੈ ਹੂੰ ਜਿਹੜਾ ਮੈਡੀਟੇਸ਼ਨ ਤਾਂ ਕਰਦਾ ਸਿਮਰਨ ਵੀ ਕਰਦਾ ਪਰ ਬਦਲਿਆ ਕੁਝ ਨਹੀਂ ਹੂੰ ਸੋਚ ਨਹੀਂ ਬਦਲੀ ਸੰਸਕਾਰ ਨਹੀਂ ਬਦਲੇ ਉਹ ਆਪਸੀ ਜਮੀਰ ਆਤਮਾ ਦੀ ਆਵਾਜ਼ ਸੁਣਦਾ ਹੀ ਨਹੀਂਗਾ ਕਦੇ ਹੈਨਾ ਰੱਬੀ ਕੋਣ ਹੈ ਨਹੀਂ ਔਗਣਾ ਨਾਲ ਭਰਿਆ ਹੋਇਆ ਉਹ ਆਈਡੀਆ बैड ਆਈਡੀਆ ਨੂੰ ਐਕਸ਼ਨ ਦੇ ਵਿੱਚ ਕਨਵਰਟ ਕਰਦਾ ਇਹ ਕਵਰ ਨਹੀਂ ਹੈਗਾ ਗੁਰਮੁਖ ਨੇ ਡ੍ਰੌਪ ਕਰ ਦੇਣਾ ਤੇ ਉਹਨੇ ਗੁਰਮੁਖ ਨੇ ਡ੍ਰੌਪ ਕਰ ਦੇਣਾ ਜੀਵਨ ਜਿਹੜਾ ਸੁਖੀ ਚੱਲਦਾ ਪਰ ਜਿਹੜਾ ਮਨਮੁਖ ਆ ਉਹਨੇ ਆਈਡੀਆ ਨੂੰ ਕਨਵਰਟ ਕਰ ਲੈਣਾ ਸੋਚ ਆਈ ਇੱਥੇ ਥੋੜਾ ਜਿਹਾ ਹੀਰਾ ਫੇਰੀ ਕਰਕੇ ਲੱਖ ਦਾ ਟੈਕਸ ਬਚਾ ਲਈਏ ਉਹਨੇ ਇੰਪਲੀਮੈਂਟ ਕਰ ਲੈਣਾ ਗੁਰਮੁਖ ਨੇ ਡ੍ਰੌਪ ਕਰ ਦੇਣਾ ਹੈਗਾ ਹੁਣ ਕਈ ਸੋਚਦੇ ਹਰਪੀਜੀ ਦੇਖੋ ਉਹ ਉਹ ਤਾਂ ਬੜੇ ਸੁਖ ਮਾਨਦੇ ਨੇ ਜਿਹੜਾ ਬੰਦਾ ਹਰਪੀਜੀ ਹੀਰਾ ਫੇਰੀ ਕਰਦਾ ਹੈ ਨਾ ਉਹ ਕੋਈ ਸਖੀ ਨੀਂਦ ਸੌ ਨਹੀਂ ਸਕਦਾ ਇਹ ਬੜਾ ਵੱਡਾ ਬਹਿਮ ਹੈ ਇਹ ਸਾਡਾ ਇੱਕ ਬਹੁਤ ਵੱਡਾ ਬਹਿਮ ਹੈ ਉਹ ਬੰਦਾ ਕਦੇ ਸੁੱਖ ਦੀ ਨੀਂਦ ਸੌ ਨਹੀਂ ਸਕਦਾ ਹੁਣ ਅਸੀਂ ਵੇਖਿਆ ਗੁਰਮਤ ਅਨੁਸਾਰ ਮੈਡੀਟੇਸ਼ਨ ਦਾ ਗੋਲ ਮਕਸਦ ਫੋਕਸ ਇਹਨਾਂ ਵਿਚਾਰਾਂ ਥਾਟਸ ਨੂੰ ਰੋਕਣਾ ਨਹੀਂ ਮਨ ਨੂੰ ਚੁੱਪ ਨਹੀਂ ਕਰਾਉਣਾ ਇਹ ਥਾਟਸ ਨੂੰ ਬਦਲਣਾ ਟਰਾਂਸਫਰਮੇਸ਼ਨ ਕਰਨਾ ਇਹ ਮੈਡੀਟੇਸ਼ਨ ਸਿਮਰਨ ਦਾ ਸਾਡੇ ਜੀਵਨ ਦੇ ਵਿੱਚ ਫੋਕਸ ਹੋਣਾ ਚਾਹੀਦਾ ਔਗਣ ਛੋੜ ਗੁਣਾ ਕੋ ਤਕ ਠੀਕ ਹੁਣ ਅੱਜ ਦਾ ਜਿਹੜਾ ਨੌਜਵਾਨ ਹੈ ਹਰਪੀਜੀ ਪ੍ਰੋਫੈਸ਼ਨਲ ਹੋਵੇ बिजनेਸਮੈਨ ਹੋਵੇ ਉਹ 4 ਵਜੇ ਉੱਠ ਕੇ ਤਾਂ ਉਹਨੇ ਸਿਮੂਲਰ ਨਹੀਂ ਕਰਨਾ ਹੈ ਇਟਸ ਨਾਟ ਪ੍ਰੈਕਟੀਕਲ ਫਿਰ ਅਸੀਂ ਉਹਨਾਂ ਨੂੰ ਸਿੱਖੀ ਨਾਲ ਵੀ ਜੋੜਨਾ ਚਾਹੁੰਦੇ ਆਂ ਤੇ ਫਿਰ ਅਸੀਂ ਉਹਨਾਂ ਨੂੰ ਕਹਿੰਦੇ ਆਂ ਬਈ ਤੁਸੀਂ ਜਿਹੜੇ ਇਹਦਰ ਸਿੱਖੀ ਦਾ ਜੀਵਨ ਹੈ ਉਸ ਨੂੰ ਧਾਰਨ ਕਰੋ ਤੇ ਇਹ ਨਹੀਂ ਤੇ ਬੀ ਸਾਨੂੰ ਫਿਰ ਉਹਨਾਂ ਤੇ ਅਸੀਂ ਇਹ ਠੋਸ ਨਹੀਂ ਸਕਦੇ ਪਰ ਸਾਨੂੰ ਫਿਰ ਬੈਲੈਂਸ ਤਰੀਕਾ ਲੱਭਣਾ ਪੈਣਾ ਹੈਗਾ ਕਿ ਗੁਰਮਤ ਪੀਸ ਹੈਪੀਨੈਸ ਉਹ ਕਿਵੇਂ ਇਸ ਤਰ੍ਹਾਂ ਦਾ ਜਿਹੜਾ ਜੀਵਨ ਆ ਆਪਣਾ ਇਸ ਨੂੰ ਇਸ ਤਰ੍ਹਾਂ ਦਾ ਸਿਮਰਨ ਉਹ ਕਿਵੇਂ ਕਰ ਸਕਦੇ ਨੇ ਠੀਕ ਹੁਣ ਆਪਾਂ ਇੱਕ ਛੋਟੀ ਐਗਜ਼ਾਮਪਲ ਲੈ ਕੇ ਕਰਦੇ ਆਂ ਵੀ ਇਕਾਂਤ ਚ ਬੈਠਦੇ ਹੋ ਸਵੇਰੇ ਤੁਸੀਂ ਉੱਠੋ ਬੈਠਦੇ ਆਂ ਮੈਂ ਇੱਕ ਕਿਤਾਬ ਪੜ੍ਹੀ ਹੈ ਗੁਰੂ ਅਰਜਨ ਪਾਤਸ਼ਾਹ ਦੀ ਆਪਾਂ ਇੱਕ ਐਗਜ਼ਾਮਪਲ ਲੈ ਲਈਏ ਉਹ ਗੁਰੂ ਪਾਤਸ਼ਾਹ ਕਿਹਦੇ ਨੇ ਬਿਸਰ ਗਈ ਸਭਤਾਤ ਪਰਾਈ ਜਬ ਤੇ ਸਾਧ ਸੰਗਤ ਮੋਹਿ ਕਾਈ ਇੱਕ ਤੁਖ ਪੜੀ ਹੈ ਵਿਚਾਰ ਅਸੀਂ ਪਾਤਸ਼ਾਹ ਦੀ ਆਖਦੇ ਨੇ ਇੱਥੇ ਦੇਖਣਾ ਵੀ ਪਾਤਸ਼ਾਹ ਮੈਨੂੰ ਇੱਥੇ ਕੀ ਕਹਿੰਦੇ ਨੇ ਜੀ ਫੋਕਸ ਕੀਤਾ ਗਿਆਨ ਸੁਰਤ ਇੱਥੇ ਜੋ ਮੈਂ ਸਪਿਰਚੁਅਲੀ ਅਰਦਾਸ ਚੱਲਣਾ ਸ਼ੁਰੂ ਕੀਤਾ ਗੁਰੂ ਪਾਤਸ਼ਾਹ ਕੀ ਕੀ ਕਹਿ ਰਹੇ ਨੇ ਵੀ ਜਦੋਂ ਮੈਨੂੰ ਮੈਂ ਰੱਬੀ ਅਵੇਕਨ ਟਿਕ ਹੋਇਆ ਹੈਗਾ ਜਦੋਂ ਮੈਂ ਸਪਿਰਚੁਅਲ ਦੇ ਮਾਰਗ ਤੇ ਚੱਲਿਆ ਹੈਗਾ ਡਿਵਾਈਨ ਵਿਜ਼ਡਮ ਲਈ ਹੈਗੀ ਰੱਬੀ ਗੁਣਾ ਨਾਲ ਸਾਝ ਪਾਈ ਹੈਗੀ ਆ ਤੇ ਮੈਨੂੰ ਤਾਂ ਕੋਈ ਬਗਾਨਾ ਦਿਖਦਾ ਹੀ ਨਹੀਂਗਾ ਇਹ ਪਰਿਵਾਰ ਹੀ ਮੈਨੂੰ ਤਾਂ ਸਾਰੇ ਜੀਵਨ ਜਿਹੜੇ ਨੇ ਸੋ ਆਪਣੇ ਹੀ ਦਿਖਦੇ ਨੇ ਕਿਸੇ ਨਾਲ ਬੈਰ ਵਿਰੋਧ ਮੇਰਾ ਰਿਹਾ ਹੀ ਨਹੀਂ ਹੈਗਾ ਮੈਂ ਤੇ ਅਨ ਕੰਡੀਸ਼ਨਲ ਲਵ ਹਰ ਇੱਕ ਨੂੰ ਦਿੰਨਾ ਜੇ ਵੀ ਮਨੁੱਖ ਮੇਰੇ ਕੰਟੈਕਟ 'ਚ ਆਉਂਦਾ ਉਹਨੂੰ ਮੇਰੇ ਕੋਲੋਂ ਪਿਆਰ ਹੀ ਮਿਲਦਾ ਮੇਰੇ ਕੋਲੋਂ ਨਿੱਘ ਹੀ ਮਿਲਦਾ ਠੀਕ ਸੋਚ ਟ੍ਰਾਂਸਫਰਮੇਸ਼ਨ ਹੋ ਗਈ ਰਾਈਟ ਬੜਿਆ ਸਮਝਿਆ ਤੇ ਉਹ ਇੰਪਲੀਮੈਂਟ ਕੀਤਾ ਬਗਾਨਾ ਕੋਈ ਰਹਾ ਹੀ ਨਹੀਂ ਕਿਸੇ ਨਾਲ ਈਰਖਾ ਰਹੀ ਨਹੀਂ ਕਿਸੇ ਨਾਲ ਜੈਲਸ ਰਹੀ ਨਹੀਂ ਕਿਸੇ ਨਾਲ ਜਜਮੈਂਟ ਕੋਈ ਕੀਤੀ ਨਹੀਂ ਗਈ ਤੇ ਉਹ ਵੀ ਇਹੀ ਕਰਕੇ ਗੁਰੂਪਰ ਕਹਿੰਦੇ ਨੇ ਕੰਪੈਸ਼ਨ ਟੋਲਰੈਂਸ ਧੀਰਜ ਸੰਤੋਖ ਨਿਮਰਤਾ ਕਾਈਨੈਸ ਇਹ ਜੀਵਨ ਵਰਗੇ ਗੁਣ ਮੈਂ ਧਾਰਨ ਕਰ ਜੇ ਮੇਰੀ ਸੂਚ ਬਿਹੇਵੀਅਰ ਐਕਸ਼ਨ ਵਿੱਚੋਂ ਈਰਖਾ ਜੈਲਸ ਨਫਰਤ ਵਗੈਰਾ ਇਹ ਸਾਰੀਆਂ ਖਤਮ ਹੋ ਗਈਆਂ ਸਿਰਫ ਇੱਕ ਤੁਕ ਦੀ ਵਿਚਾਰਿਆ ਦੂਸਰਿਆਂ ਨੂੰ ਖੁਸ਼ੀ ਵੇਖ ਕੇ ਅੰਦਰ ਮੈਨੂੰ ਜਲਨ ਤੇ ਸਾੜਾ ਅੱਜ ਹੁਣ ਹੁੰਦਾ ਹੀ ਨਹੀਂ ਮੇਰੇ ਰੋਜ਼ਾਨਾ ਬਿਹੇਵੀਅਰਾਂ ਤੋਂ ਇਹ ਚੀਜ਼ਾਂ ਖਤਮ ਹੋ ਗਈਆਂ ਇਹ ਸਿਮਰਨ ਹੈ ਇਹੋ ਹੀ ਮੈਡੀਟੇਸ਼ਨ ਹੈ ਹਮ ਇਹ ਕੋਈ ਵੀ ਹੋਵੇ ਹਰਜੀਤ ਜੀ ਪ੍ਰੋਫੈਸ਼ਨਲ ਹੋਵੇ बिजनेসম্যান ਹੋਵੇ ਐਨੀਬਡੀ ਕੈਨ ਡੂ ਇਟ ਐਨੀਬਡੀ ਕੈਨ ਡੂ ਇਟ ਇੰਟਰਨੈਟ ਤੇ ਅਵੇਲੇਬਲ ਹੈਗਾ ਤੇ ਹਰ ਕੋਈ ਐਸਾ ਆਪਣਾ ਜੀਵਨ ਜਿਹੜਾ ਬਣਾ ਸਕਦਾ ਉਹ ਕਹਿੰਦੇ ਜਦੋਂ ਮੇਰੀ ਐਸੀ ਸੋਚ ਬਣ ਗਈ ਅੱਗੇ ਪਾਤਸ਼ਾਹ ਆਖਦੇ ਨੇ ਮੇਰੇ ਸੰਸਕਾਰ ਐਸੇ ਬਣ ਗਏ ਹੈਗੇ ਨੇ ਨਾ ਕੋ ਬੇਰੀ ਨਹੀਂ ਬਗਾਨਾ ਸਗਲ ਸੰਗ ਹਮ ਕੋ ਬਨਾਈ ਤੇ ਮੇਰੇ ਨਾਲ ਹੀ ਤੱਕ ਇਸੀ ਨਫਰਤ ਦੀ ਕੋਈ ਗੱਲ ਹੀ ਨਹੀਂ ਰਹੀ ਸੋ ਹਰ ਪੀਜੀ ਆਪਾਂ ਜੀ ਇਸ ਨੂੰ 1 ਮਿੰਟ ਦੇ ਵਿੱਚ ਸਮਰਾਈਜ਼ ਕਰ ਲਈਏ ਜੀ ਬਈ ਦੇਖੋ ਗੁਰੂ ਪਾਤਸ਼ਾਹ ਨੇ ਜਿਹੜੀ ਆਪਾਂ ਗੱਲ ਕੀਤੀ ਸੀਗੀ ਬਈ ਅਸੀਂ ਇਹ ਆਪਣੇ ਜਿਹੜੇ ਸਤਕਾਰ ਬਦਲਨੇ ਨੇ ਜੀ ਜੀ ਥਾਟਸ ਬਦਲਨੇ ਨੇ ਆਪਣੇ ਤੇ ਆਪਣੇ ਥਾਟਸ ਬਦਲਨੇ ਨੇ ਹੈ ਨਾ ਠੀਕ ਅ ਬਈ ਬਹੁਤ ਦੁੱਖ ਹੁੰਦਾ ਜਦੋਂ ਇਨਸਾਨ ਇੱਕ ਦੂਸਰੇ ਨਾਲ ਨਫ਼ਰਤ ਕਰਦੇ ਨੇ ਜਿਹੜੀ ਟਰਾਂਸਫਰਮੇਸ਼ਨ ਹੋਗੀ ਨਾ ਉਹ ਨਫ਼ਰਤ ਕਰ ਹੀ ਨਹੀਂ ਸਕਦਾ ਹੈਗਾ ਸੋ ਸਾਨੂੰ ਇਹ ਸਮਝਣਾ ਹੈ ਵੀ ਅਸੀਂ ਧਰਮ ਦਾ ਕੋਈ ਵੀ ਕੰਮ ਕਰਦੇ ਹੈਗੇ ਜੀ ਕੋਈ ਵੀ ਐਕਸ਼ਨ ਕਰਦੇ ਹੈਗੇ ਸਾਡਾ ਫੋਕਸ ਜੇ ਇਹੋ ਹੀ ਹੈ ਸਿਮਰਨ ਦਾ ਮੈਡੀਟੇਸ਼ਨ ਦਾ ਫੋਕਸ ਹੈ ਕਿ ਮੈਂ ਆਪਣੇ ਸੰਸਕਾਰ ਬਦਲਨੇ ਮੈਂ ਆਪਣੇ ਸੋਚ ਬਦਲਨੀ ਆ ਆਪਣੇ ਵਿਚਾਰ ਬਦਲਨੇ ਆਪਣੇ ਥੌਟਸ ਬਦਲਨੇ ਨੇ ਜੀਵਨ ਨੂੰ ਟਰਾਂਸਫਰਮੇਸ਼ਨ ਕਰਨੀ ਆ ਹਰਪੀਜੀ ਉਹਦੇ ਲਈ ਬਹੁਤੇ ਸਮੇਂ ਦੀ ਲੋੜ ਨਹੀਂ ਉਹ ਬਹਾਨਾ ਨਹੀਂ ਕਿ ਤੁਹਾਡੇ ਕੋਲ ਸਮਾਂ ਨਹੀਂ ਹੈਗਾ ਕੋਈ ਵੀ ਇੱਕ ਸ਼ਬਦ ਨੂੰ ਲੈ ਕੇ ਇੱਕ ਟੁਕ ਨੂੰ ਲੈ ਕੇ ਉਹਦੀ ਵਿਚਾਰ ਕਰ ਸਕਦਾ ਹੈਗਾ ਉਹ ਆਪਣੇ ਜੀਵਨ ਦੇ ਵਿੱਚ ਢਾਲਨ ਕਰ ਸਕਦਾ ਹੈਗਾ ਤੇ ਉਹ ਆਪਣੇ ਜੀਵਨ ਨੂੰ ਟਰਾਂਸਫਰਮੇਸ਼ਨ ਕਰਦਾ ਖੁਸ਼ੀਆਂ ਖੇੜਾ ਜੀਵਨ ਜਿਵੇਂ ਆਪ ਜੀ ਨੇ ਪਹਿਲਾਂ ਕਿਹਾ ਹੈਗਾ ਜਦੋਂ ਤੁਹਾਡੀ ਸੋਚ ਐਸੀ ਬਦਲ ਗਈ ਨਾ 24 ਘੰਟੇ ਖੁਸ਼ੀ ਖੇੜਾ ਜੀਵਨ ਵਿੱਚ ਰਹਿੰਦਾ ਹੀ ਰਹਿੰਦਾ ਹੈਗਾ ਤੇ ਜਿਹੜੇ ਕਲਕੂਲੇਸ਼ਨ ਨੇ ਇਹ ਸਾਰੇ ਜੀਵਨ ਵਿੱਚੋਂ ਖਤਮ ਹੋ ਜਾਂਦੇ ਨੇ ਬਹੁਤ ਖੂਬ ਜੀ ਬੜੇ ਸਰਲ ਤਰੀਕੇ ਨਾਲ ਤੁਸੀਂ ਜੋ ਗੱਲਬਾਤ ਕੀਤੀ ਕਿ ਬਿਲਕੁਲ ਜੀ ਆਇਆਂ ਨੂੰ ਜਿਹੜੇ ਕਿ ਸਿਮਰਨ ਜਿਸ ਤਰੀਕੇ ਨਾਲ ਵੀ ਕਰਨਾ ਚਾਹੁੰਦੇ ਨੇ ਪਰ ਆਪ ਇੱਕ ਬੈਰੋਮੀਟਰ ਇਹੀ ਹੈਗਾ ਕਿ ਚੈੱਕ ਕਰੋ ਕਿ ਉਸ ਨਾਲ ਤੁਹਾਡੀ ਸੋਚ ਵਿੱਚ ਪਰਵਰਤਨ ਆ ਰਿਹਾ ਹੈ ਕਿ ਤੁਹਾਡੀ ਥਾਟਸ ਚੇਂਜ ਹੋ ਰਹੀਆਂ ਨੇ ਕਿ ਤੁਹਾਡਾ ਇੱਕ ਐਸਾ ਮਾਈਂਡਸੈਟ ਬਣ ਰਿਹਾ ਹੈ ਕਿ ਸਿਰਫ ਇਹ ਲਿਪ ਸਰਵਿਸ ਹੀ ਨਹੀਂ ਹੋ ਰਹੀ ਬਲਕਿ ਰਿਫਲੈਕਟ ਹੋ ਰਹੀ ਹੈ ਸਾਡੇ ਕੈਰੈਕਟਰ ਚੋਂ ਸਾਡੇ ਰੋਜ਼ਮਰਾਂ ਅਬਸੋਲੂਟਲੀ ਇਟ ਵਾਸ ਅ ਪਲੈਜ਼ਰ ਟਾਕਿੰਗ ਟੂ ਜੀ ਥੈਂਕ ਯੂ ਵੈਰੀ ਮਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਨਾਲ ਹੀ ਕਰਦੇ 6037355 ईमेल ਜਰੀਏ ਵੀ ਸੰਪਰਕ ਕਰ ਸਕਦੇ ਹੋ ਹਰਪ੍ਰੀਤ ਸਿੰਘ ਸ਼ੋਅ@gmail.com ਤੁਹਾਡੇ ਕੋਲ ਜੇਕਰ ਕੋਈ ਟੌਪਿਕ ਹੋਵੇ ਜਿਹਦੇ ਬਾਰੇ ਤੁਸੀਂ ਵਿਚਾਰ ਵਟਾਂਦਰਾ ਕਰਨਾ ਚਾਹੁੰਦੇ ਹੋ ਜਾਂ ਕੋਈ ਫੀਡਬੈਕ ਹੋਵੇ ਤਾਂ ਜ਼ਰੂਰ ਪਹੁੰਚਾਇਆ ਕਰੋ ਤਾਂ ਕਿ ਅਸੀਂ ਆਪਣੇ ਆਏ ਹੋਏ ਮਹਿਮਾਨਾਂ ਤੱਕ ਉਸ ਗੱਲਬਾਤ ਨੂੰ ਪਹੁੰਚਾ ਸਕੀਏ ਡਾਕਟਰ ਹਰਬੰਸ ਸਿੰਘ ਕੰਡੋਲਾ ਨਾਲ ਡਾਇਰੈਕਟਲੀ ਗੱਲਬਾਤ ਕਰਨੀ ਹੋਵੇ ਤਾਂ 6048391308 ਤੇ ਫੋਨ ਕਰ ਸਕਦੇ ਹੋ ਇਹ ਸਾਰੇ ਪ੍ਰੋਗਰਾਮਸ ਤੁਸੀਂ youtube.com/harpreetsinghshow ਤੇ ਵੀ ਜਾ ਕੇ ਦੇਖ ਸਕਦੇ ਹੋ ਪਿਛਲੇ ਤਕਰੀਬਨ 3 ਸਾਲਾਂ ਤੋਂ ਹਰ ਰੋਜ਼ ਤੁਹਾਡੇ ਘਰਾਂ ਦੇ ਵਿੱਚ ਆ ਕੇ ਅਸੀਂ ਸਾਂਝ ਪਾ ਰਹੇ ਹਾਂ ਤੇ ਸਾਨੂੰ ਬੜਾ ਮਾਣ ਹੈ ਕਿ ਤੁਹਾਡੇ ਵੱਲੋਂ ਜੋ ਸਹਿਯੋਗ ਮਿਲ ਰਿਹਾ ਹੈ ਆਸ ਕਰਦੇ ਹਾਂ ਕਿ ਇਸੇ ਤਰੀਕੇ ਨਾਲ ਸਹਿਯੋਗ ਚੱਲਦਾ ਰਹੇਗਾ ਤੇ ਅਸੀਂ ਤੁਹਾਡੇ ਹੀ ਘਰਾਂ ਵਿੱਚ ਆ ਕੇ ਹਰ ਰੋਜ਼ ਗੁਰਮਤ ਦਾ ਵਿਚਾਰ ਕਰਦੇ ਰਾਂਗੇ ਪ੍ਰੋਗਰਾਮ ਦੀ ਥੇ ਇਸ ਸਮਾਪਤੀ ਤੇ ਫਿਰ ਮੁਲਾਕਾਤ ਕਰਾਂਗੇ ਹ ਤੱਕ ਜੀ